ਚੀਨ ਤੇ ਪਾਕਿਸਤਾਨ ਬਲੋਚਿਸਤਾਨ ਦੇ ਸਰੋਤਾਂ ਦੀ ਕਰ ਰਹੇ ਹਨ ਦੁਰਵਰਤੋਂ। ਬਲੋਚ ਕਾਰਜਕਰਤਾ: ਪਾਕਿਸਤਾਨ ਮੇਂ ਇਸ ਲਈ ਟਾਰਗੇਟ ਕੀਆ ਜਾ ਰਹਾ ਹੈ ਕਿ ਵੋ ਏਕ ਤੋ ਸੀਪੈਕ ਕੋ ਨਹੀਂ ਚਾਹਤੇ ਹੈ, ਚਾਈਨਾ ਕੋ ਨਹੀਂ ਚਾਹਤੇ ਹੈ। ਦੂਸਰੀ ਬਾਤ ਯਹ ਹੈ ਕਿ ਜੋ ਆਪਣਾ ਹੱਕ ਹੈ, ਹਕੂਕ ਹੈ, ਵੋ ਆਪਣਾ ਹਕੂਕ ਮੰਗਨੇ ਕੇ ਲੀਏ ਵੋ ਕਹਤੇ ਹੈ ਕਿ ਬਲੋਚਿਸਤਾਨ ਆਕੂਪਾਇਡ ਹੈ, ਯਾਨੀ ਮਕਬੂਜ਼ਾ ਹੈ, ਪਾਕਿਸਤਾਨ ਨੇ ਕਬਜ਼ਾ ਕੀਆ ਹੁਆ ਹੈ, ਆਪ ਇਸਕੋ ਛੋੜ ਕੇ ਚਲੇ ਜਾਏ ਔਰ ਹਮਾਰਾ ਸਰਜ਼ਮੀਨ ਹਮਾਰੇ ਦੇ ਦੇ। ਤੋ ਵੋ ਯਹ ਨਹੀਂ ਮਾਨਤੇ ਹੈ ਪਾਕਿਸਤਾਨੀ ਫੌਜ, ਕਿਉਂਕਿ ਉਨਕਾ ਬਸਰ ਗੁਜ਼ਰ ਔਰ ਖਾਨਾ ਪੀਣਾ ਬਲੋਚਿਸਤਾਨ ਸੇ ਹੀ ਹੈ, ਪੰਜਾਬ ਮੇਂ ਕੁਛ ਨਹੀਂ ਹੈ। ਸਾਰਾ ਜਿਤਨਾ ਵੀ ਰਿਸੋਰਸਿਸ ਬਲੋਚਿਸਤਾਨ ਸੇ ਲੈ ਜਾ ਕੇ ਵੋ ਆਪਣੇ ਮੁਲਕ ਆਪਣੇ ਲੀਏ ਵੀ ਇਸਤੇਮਾਲ ਕਰਤੇ ਹੈ ਔਰ ਚਾਈਨਾ ਕੋ ਵੀ ਦੇ ਰਹੇ। ਅਬ ਸੈਂਦਕ ਪ੍ਰੋਜੈਕਟ ਹੈ, ਜਹਾਂ ਸੇ ਸੋਨਾ, ਤਾਂਬਾ, ਯਾਨੀ ਹਰ ਕਿਸਮ ਕੇ ਵੋ ਮਾਦਨੀਆਤ ਨਿਕਲਤੇ ਹੈ। ਤੋ ਵਹਾਂ ਉਨ੍ਹੋਂਨੇ ਕਿਆ ਲਿਖ ਕੇ ਦਿਆ ਹੈ ਕਿ 90% ਮਰਕਜ਼ ਲੇਗਾ, ਪੰਜਾਬ ਲੈ ਜਾਏਗਾ, ਉਸਕੇ ਬਾਅਦ 8% ਜੋ ਹੈ ਨਾ ਵੋ ਪਾਕਿਸਤਾਨੀ ਆਰਮੀ ਲੈ ਜਾਏਗਾ, 2% ਵੋ ਬਲੋਚੋਂ ਕੋ ਮਿਲੇਗਾ। ਤੋ ਆਪ ਅੰਦਾਜ਼ਾ ਲਗਾਏ ਕਿ ਬਲੋਚਿਸਤਾਨ ਮੇਂ ਧਰਤੀ ਬਲੋਚੋਂ ਕਾ, ਸਰਜ਼ਮੀਨ ਬਲੋਚੋਂ ਕਾ ਔਰ ਸਭ ਕੁਝ ਬਲੋਚੋਂ ਕਾ, ਉਸਕੋ ਆਪ 2% ਦੇ ਰਹੇ, ਵੋ ਵੀ ਨਹੀਂ ਮਿਲ ਰਹਾ ਹੈ, ਲੇਕਿਨ ਨਾਮ ਕਾ ਹੈ, 10% ਪੰਜਾਬ ਲੈ ਜਾ ਰਹੇ। ਯੂਐਨ ਸੇ ਹਮ ਯੇ ਚਾਹਤੇ ਹੈ ਕਿ ਜੋ ਬਲੋਚਿਸਤਾਨ ਮੇਂ ਇਨਸਾਨੀ ਹਕੂਕ ਕੀ ਪਾਇਮਾਲੀ ਹੋ ਰਹੀ ਹੈ, ਉਸ ਪੇ ਆਪ ਫੌਰੀ ਤੌਰ ਯੂਐਨ ਕੇ ਚਾਰਟਰ ਕੇ ਮੁਤਾਬਿਕ, ਹਮ ਯੇ ਨਹੀਂ ਕਹਤੇ ਕਿ ਉਸ ਪੇ ਆਪ ਫੋਰਸ ਕਰੇ, ਉਨ ਪੇ ਚਾਰਟਰ ਜੋ ਆਪਕਾ ਯੂਐਨ ਕਾ ਬਣਾ ਹੈ, ਉਸ ਚਾਰਟਰ ਕੇ ਮੁਤਾਬਿਕ ਆਪ ਉਸ ਪੇ ਪ੍ਰੈਸ਼ਰ ਡਾਲੇ ਔਰ ਉਸੇ ਕਹੇ ਕਿ ਬਲੋਚਿਸਤਾਨ ਮੇਂ ਇਨਸਾਨੀ ਹਕੂਕ ਕੀ ਪਾਇਮਾਲੀ ਨਾ ਹੋ ਔਰ ਜੋ ਵੋ ਚਾਹਤੇ ਹੈ ਉਨਕੋ ਦਿਆ ਜਾਏ।